ਪਬਲਿਕ ਸੈਕਟਰ ਦੇ ਵਿੱਚ ਕੰਮ ਕਰਨਾ ਆਈਸੀਪੀਸੀ ਦੇ ਵਿੱਚ ਪੁਲਿਸ ਦੇ ਵਿੱਚ ਕੰਮ ਕਰਨਾ ਤੇ ਉਹਦਾ ਬੇਸ਼ੁਮਾਰ ਹੁਣ ਉਹਨਾਂ ਨੂੰ ਫਾਇਦਾ ਹੋ ਰਿਹਾ ਕਿਉਂਕਿ ਪੰਜਾਬੀ ਹੁਣ ਤੇ ਆਪਣਾ ਭਾਈਚਾਰਾ ਕਿੰਨੀ ਕੋ ਦਿਲਚਸਪੀ ਲੈਂਦਾ ਇਸ ਵਿੱਚ ਮਾ ਬੋਲੀ ਨੂੰ ਪਲ ਜਾਉਗੇ ਤਾਂ ਕੱਖਾਂ ਵਾਂਗ ਰੁੱਲ ਜਾਉਗੇ ਇਸ ਪੂਰੇ ਕੈਨੇਡਾ ਦੇ ਵਿੱਚ ਸਾਡੀ ਪੰਜਾਬੀ ਦੀ ਜਿਹੜੀ ਬੋਲੀ ਆ ਬਸ ਉਹ ਤਾਂ ਕਮਰ ਕੱਸ ਕੇ ਇਹ ਮਤਲਬ ਤਿਆਰੀ ਕੱਸ ਲਈ ਸੀ ਕਿ ਅਸੀਂ ਇਸ ਮਤਲਬ ਜਿਹਦਾ ਪ੍ਰੋਗਰਾਮ ਇਸ ਭਾਸ਼ਾ ਨੂੰ ਅਸੀਂ ਇੱਥੇ ਵਧਾਉਣਾ ਹੈਗਾ ਜਿਹੜੇ ਵਿਦਿਆਰਥੀ ਦੇਖ ਰਹੇ ਆ ਕਿ ਰੋਜ਼ਗਾਰ ਦੀ ਭਾਸ਼ਾ ਬਣ ਚੁੱਕੀ ਹੈ ਜੇ ਉਹਨਾਂ ਨੂੰ ਇਹ ਭਾਸ਼ਾ ਆਉਂਦੀ ਹੈ ਬੋਲੀ ਆਉਂਦੀ ਹੈ ਸੱਚਾ ਕਾਲ ਤੁਸੀਂ ਪੀਐਨਸੀਨ ਦੇਖ ਰਹੇ ਹੋ ਮੈਂ ਕਿੰਨੀਆਂ ਵੀ ਭਾਸ਼ਾਵਾਂ ਕਿਉਂ ਨਾ ਸਿੱਖ ਲਵਾਂ ਮੈਂ ਕਿੰਨੇ ਵੀ ਭਾਈਚਾਰਿਆਂ ਦੇ ਵਿੱਚ ਕਿਉਂ ਨਾ ਚਲੀ ਜਾਵਾਂ ਜਦੋਂ ਵੀ ਆਪਣੇ ਅੰਦਰੂਨੀ ਭਾਵ ਨੂੰ ਦਰਸਾਉਣ ਦੀ ਗੱਲ ਆਉਂਦੀ ਹੈ ਤਾਂ ਆਪਣੀ ਪੰਜਾਬੀ ਭਾਸ਼ਾ ਤੋਂ ਵੱਧ ਖੂਬਸੂਰਤੀ ਦੇ ਨਾਲ ਹੋਰ ਕਿਸੇ ਵੀ ਭਾਸ਼ਾ ਵਿੱਚ ਮੈਂ ਉਸ ਨੂੰ ਦਰਸਾ ਨਹੀਂ ਸਕਦੀ ਤਾਂ ਕੁਝ ਇਸੇ ਤਰ੍ਹਾਂ ਹਰ ਉਹ ਪੰਜਾਬੀ ਜਿਸ ਦੀ ਮਾਂ ਬੋਲੀ ਪੰਜਾਬੀ ਹੈ ਉਹਨਾਂ ਦੇ ਵੱਲੋਂ ਇਸੇ ਕਰਕੇ ਦੁਨੀਆ ਭਰ ਦੇ ਵਿੱਚ ਆਪਣੀ ਪੰਜਾਬੀ ਮਾਂ ਬੋਲੀ ਦੇ ਪਸਾਰੇ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਕਦਮ ਚੁੱਕੇ ਜਾਂਦੇ ਨੇ ਤੇ ਇਸੇ ਦੀ ਇੱਕ ਵੱਡੀ ਉਦਾਹਰਣ ਕਿ ਅੱਜ ਕੈਨੇਡਾ ਵਿੱਚ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡਿਪਾਰਟਮੈਂਟ ਹੈ ਜਿੱਥੇ ਕਿ ਪੰਜਾਬੀ ਭਾਸ਼ਾ ਪੜ੍ਾਈ ਜਾ ਰਹੀ ਹੈ ਤੇ ਉਸੇ ਡਿਪਾਰਟਮੈਂਟ ਤੋਂ ਗੁਰਿੰਦਰ ਮਾਨ ਅੱਜ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਤੁਹਾਡਾ ਪੀਐਨਸੀਐਨ ਦੇ ਉੱਤੇ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਤੁਹਾਡੇ ਸਾਰੇ ਚੈਨਲ ਦਾ ਜੀ ਜਿਵੇਂ ਕਿ ਗੱਲ ਕੀਤੀ ਕਿ ਜਿਹੜਾ ਆਪਣੀ ਪੰਜਾਬੀ ਮਾਂ ਬੋਲੀ ਦਾ ਪਸਾਰਾ ਕਰਨ ਵਾਸਤੇ ਇਹ ਡਿਪਾਰਟਮੈਂਟ ਦੇ ਵੱਲੋਂ ਵੀ ਇੱਕ ਜੋ ਕੋਸ਼ਿਸ਼ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਇਸ ਦੇ ਬਾਰੇ ਦੱਸ ਦਿਓ ਕਿ ਇਹ ਡਿਪਾਰਟਮੈਂਟ ਜਿੱਥੇ ਕਿ ਪੰਜਾਬੀ ਭਾਸ਼ਾ ਸਿਖਾਈ ਜਾ ਰਹੀ ਹੈ ਇਹ ਇਸ ਤਰ੍ਹਾਂ ਤੇ ਕਿਵੇਂ ਲੋਕਾਂ ਨੂੰ ਮੌਕੇ ਮੌਕੇ ਮਿਲ ਸਕਦੇ ਨੇ ਇਸ ਦੇ ਵਿੱਚ ਪੰਜਾਬੀ ਪੜਨ ਨੂੰ ਲੈ ਕੇ ਜੀ ਬਿਲਕੁਲ ਇਹ ਸਾਡੀ ਜਿਹੜੀ ਪੰਜਾਬੀ ਦੀ ਜਿਹੜੀ ਪੰਜਾਬੀ ਦਾ ਪ੍ਰੋਗਰਾਮ ਹੈ ਇਹਨੂੰ ਚੱਲਦੇ ਨੂੰ ਤਕਰੀਬਨ ਤਿੰਨ ਦਹਾਕੇ ਹੋਣ ਹੋ ਗਏ ਹੈਗੇ ਆ ਇਹ ਜਿਹੜੇ ਸਾਡੇ ਕੋਰਸ ਹੈਗੇ ਆ ਡਿਪਾਰਟਮੈਂਟ ਆਫ ਏਸ਼ੀਅਨ ਸਟੱਡੀਜ਼ ਰਾਹੀਂ ਆਫਰ ਕੀਤੇ ਜਾਂਦੇ ਹੈਗੇ ਆ ਤੇ ਇੰਟਰੋਡਕਟਰੀ ਲੈਵਲ ਤੋਂ ਲੈ ਕੇ ਐਨ ਐਡਵਾਂਸ ਲੈਵਲ ਤੱਕ ਪੰਜਾਬੀ ਉੱਥੇ ਪੜਾਈ ਜਾ ਰਹੀ ਹੈਗੀ ਆ ਜੇ ਜੇ ਵੇ ਤੁਸੀ ਕਿਹਾ ਕਿ ਇੰਟਰੋਡਕਟਰੀ ਲੈਵਲ ਤੋਂ ਲੈ ਕੇ ਐਡਵਾਂਸ ਲੈਵਲ ਤੱਕ ਪਰ ਉਸਦੇ ਵਾਸਤੇ ਯੋਗਤਾ ਕੀ ਹੈ ਕਿ ਐਲੀਜੀਬਿਲਟੀ ਹੈ ਕਿ ਕੌਣ ਕੌਣ ਉਸ ਦੇ ਵਿੱਚ ਜੋ ਇਸ ਕੋਰਸ ਨੂੰ ਕਰ ਸਕਦਾ ਹੈ ਕਿ ਉਸ ਵਾਸਤੇ ਕਿ ਪਹਿਲਾਂ ਹਾਈ ਸਕੂਲ ਕੀਤਾ ਹੋਣਾ ਜ਼ਰੂਰੀ ਹੈ ਬਿਲਕੁਲ ਇਸ ਇਸ ਪੱਖ ਤੋਂ ਜਦੋਂ ਕੀ ਇਹ ਬਾਬਰ ਦੀ ਸੈੱਟ ਹੈ ਯੂਨੀਵਰਸਿਟੀ ਬ੍ਰਿਟਿਸ਼ ਕਲੰਬੀਆ ਦੀ ਕਿ ਉਹਨਾਂ ਨੇ ਹਰ ਪੱਧਰ ਦੇ ਉੱਤੇ ਕੋਰਸ ਰੱਖੇ ਹੈਗੇ ਆ ਇੰਟਰੋਡਕਟਰੀ ਲੈਵਲ ਦੇ ਉੱਤੇ ਜਿਨ੍ਹਾਂ ਕਿਸੇ ਵਿਦਿਆ ਮਤਲਬ ਵਿਦਿਆਰਥੀ ਨੂੰ ਜੇ ਬਿਲਕੁਲ ਵੀ ਉਹਨਾਂ ਨੂੰ ਜਾਣਕਾਰੀ ਪੰਜਾਬੀ ਦੀ ਹੈ ਨਹੀਂ ਕਿ ਉਹ ਇੰਟਰੋਡਕਸ਼ਨ ਦੇ ਪੰਜਾਬੀ ਦਾ ਕੋਰਸ ਉਹ ਲੈ ਸਕਦੇ ਹੈਗੇ ਆ ਜੇ ਉਹ ਥੋੜੀ ਜੀ ਉਹਨਾਂ ਨੂੰ ਮਤਲਬ ਜਿੱਦਾ ਜਾਣਕਾਰੀ ਹੈਗੀ ਆ ਜੇ ਉਹਨੇ ਹਾਈ ਸਕੂਲ ਦੇ ਵਿੱਚ ਪੜ੍ਹੀ ਆ ਤਾਂ ਇੰਟਰਮੀਡੀਏਟ ਲੈਵਲ ਉਹਨਾਂ ਦੇ ਲਈ ਠੀਕ ਹੋਊਗਾ ਤੇ ਜੇ ਉਹ मतलब ਜਿਹੜੀ ਇੰਟਰੋਡਕਟਰੀ ਤੇ ਇੰਟਰਮੀਡੀਏਟ ਲੈਵਲ ਪਾਸ ਕਰ ਚੁੱਕੇ ਹੈਗੇ ਆ ਜਾਂ ਸ਼ਾਇਦ ਉਹ ਇੰਡੀਆ ਤੋਂ ਆਏ ਹੋਣਗੇ ਜਿੱਥੇ મતલਬ ਉਸ ਸਥਾਨ ਦੇ ਵਿੱਚ ਉਹਨਾਂ ਨੇ ਬਹੁ ਪੰਜਾਬੀ ਪੜ੍ਹੀ ਆ ਫਿਰ ਉਹਨਾਂ ਦੇ ਲਈ ਐਡਵਾਂਸ ਲੈਵਲ ਦੇ ਵਿੱਚ ਪੰਜਾਬੀ ਦੇ ਕੋਰਸ ਵੀ ਹੈਗੇ ਆ ਇਹ ਕਿੰਨੇ ਸਮੇ ਦਾ ਕੋਰਸ ਹੈ ਤੇ ਕਿੰਨੇ ਕੋ ਵਿਦਿਆਰਥੀ ਹਰ ਸਾਲ ਇਸ ਦੇ ਵਿੱਚ ਹਿੱਸਾ ਲੈ ਲੈਂਦੇ ਨੇ ਜੀ ਇਹ ਪੂਰੇ ਸਾਲ ਦਾ ਕੋਰਸ ਹੁੰਦਾ ਹੈਗਾ ਆ ਤੇ મતલਬ ਹਰ ਪੱਧਰ ਦੇ ਉੱਤੇ ਉਸ ਜਿੱਦਾ ਕੀ ਇਹ ਕੋਰਸ ਉਪਲਬਧ ਹੈਗੇ ਆ ਤੇ तकरीबन ਫਿਲਹਾਲ ਮੈਂ ਕਹੂੰਗਾ ਪੂਰੇ મતલਬ ਕੁੱਲ ਮਿਲਾ ਕੇ ਜਿਹੜੇ ਪੰਜਾਬੀ ਪ੍ਰੋਗਰਾਮ ਦੇ ਵਿੱਚ ਜਿੰਨੇ ਵਿਦਿਆਰਥੀ ਆ तकरीबन ਸਾਲ ਦੇ ਵਿੱਚ 100 ਵਿਦਿਆਰਥੀ ਤੇ ਜਿਵੇਂ ਕਿ ਮੈਂ एलिਜੀਬਿਲਟੀ ਦੀ ਗੱਲ ਕੀਤੀ ਹੈ ਤਾਂ ਇਸ ਦੇ ਵਿੱਚ ਜੇਕਰ ਆਨਲਾਈਨ ਜਾ ਕੇ ਦੇਖਿਆ ਜਾਵੇ ਤਾਂ ਉਸ ਦੇ ਵਿੱਚ ਆਉਂਦਾ ਕਿ ਪਹਿਲਾਂ ਇੰਟਰਵਿਊ ਹੋਵੇਗੀ ਕਿ ਤੁਹਾਡੀ ਪੰਜਾਬੀ ਦਾ ਪੱਦਰ ਦੇਖਿਆ ਜਾਵੇਗਾ ਉਹ ਕੀ ਹੈ ਤੇ ਕਿਸ ਤਰ੍ਹਾਂ ਉਸ ਦੇ ਵਿੱਚ ਲੰਘਣਾ ਪੈਂਦਾ ਜੀ ਮਤਲਬ ਆਮ ਤੌਰ ਦੇ ਉੱਤੇ ਮਤਲਬ ਜੇ ਬਿਲਕੁਲ ਤੁਹਾਨੂੰ ਜਾਣਕਾਰੀ ਹੈ ਨਹੀਂ ਕਿ ਤੁਹਾਡੀ ਐਲੀਜੀਬਿਲਟੀ ਹੈਗੀ ਇੰਟਰੋਡਕਸ਼ਨ ਮਤਲਬ ਜਿੱਦਾ ਪੰਜਾਬੀ ਦਾ ਪਹਿਲਾ ਲੈਵਲ ਮਤਲਬ ਜਿਹੜਾ ਤੁਸੀਂ ਲੈ ਸਕਦੇ ਆ ਜੇ ਤੁਸੀਂ ਪਹਿਲਾ ਲੈਵਲ ਬੈਲ ਪਾਸ ਕਰ ਲਿਆ ਦੂਜੇ ਦੇ ਉੱਤੇ ਜਾ ਸਕਦੇ ਆ ਜੇ ਤੁਸੀਂ ਮਤਲਬ ਉਹ ਦੋਨੋਂ ਪਾਸ ਕਰ ਲੇ ਤਾਂ ਤੁਸੀਂ ਐਡਵਾਂਸ ਦੇ ਵਿੱਚ ਜਾ ਸਕਦੇ ਕੁਝ ਐਸੇ ਵਿਦਿਆਰਥੀ ਹੁੰਦੇ ਹੈਗੇ ਆ ਜਿਨ੍ਹਾਂ ਨੂੰ ਮਤਲਬ ਜਿੱਦਾ ਪੂਰਾ ਪੱਕਾ ਉਹਨਾਂ ਨੂੰ ਪਤਾ ਨਹੀਂ ਹੁੰਦਾ ਮਤਲਬ ਉਹਨਾਂ ਨੇ ਥੋੜੀ ਬਾਤੀ ਮਤਲਬ ਜਿੱਦਾ ਇੱਕ ਪੜ੍ਹੀ ਹੁੰਦੀ ਹੈਗੀ ਜਾਂ ਘਰੇ ਕਈਆਂ ਨੂੰ ਮਤਲਬ ਉਹਨਾਂ ਦੇ ਦਾਦਾ-ਦਾਦੀ ਨੇ ਸਖਾਲਤੇ ਮਤਲਬ ਊੜਾ ਏੜਾ ਕਈਆਂ ਨੇ ਮ ਕਿਆ ਹੈਗਾ ਆ ਸੋ ਉਸ ਹਿਸਾਬ ਦੇ ਨਾਲ ਫੇਸੀ ਉਹਨਾਂ ਨੂੰ ਉਹਦੇ ਨਾਲ ਬੈਠ ਕੇ ਗੱਲਬਾਤ ਕਰਕੇ ਉਹਨਾਂ ਥੋੜੇ ਜਿਹਾ ਉਹਨਾਂ ਨੂੰ ਟੈਸਟ ਕਰ ਲੈਣੇ ਹੈਗੇ ਆ ਜਿਸ ਤੋਂ ਫਿਰ ਸਾਨੂੰ ਮਤਲਬ ਇੰਨੀ ਜਾਣਕਾਰੀ ਪ੍ਰਾਪਤ ਹੋ ਜਾਂਦੀ ਹੈ ਕਿ ਇਹਨਾਂ ਨੂੰ ਕਿਹੜੀ ਕਲਾਸ ਲੈਣੀ ਚਾਹੀਦੀ ਹੈਗੀ ਆ ਜਿਵੇਂ ਕਿ ਇਸ ਦੀ ਸ਼ੁਰੂਆਤ ਕਦੋਂ ਤੋਂ ਹੋਈ ਤੁਸੀਂ ਇਹ ਗੱਲ ਕੀਤੀ ਕਿ ਤਕਰੀਬ 3 ਦਹਾਕਿਆਂ ਤੋਂ ਇਹ ਚੱਲ ਰਿਹਾ ਹੈ ਇਸ ਦੇ ਵਿੱਚ ਕਿੰਨਾ ਕੋਈ ਸਟਾਫ ਹੈ ਤੇ ਕਿੰਨਾ ਕੋਈ ਵੱਡਾ ਹੈ ਵਿਭਾਗ ਹੈ ਤੇ ਇਸ ਦਾ ਪਸਾਰ ਅੱਗੇ ਹੋਰ ਕਿਸ ਤਰ੍ਹਾਂ ਹੋ ਰਿਹਾ ਹੈ ਬਿਲਕੁਲ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈਗਾ ਸਾਡਾ ਜਿਹੜਾ ਡਿਪਾਰਟਮੈਂਟ ਹੈ ਡਿਪਾਰਟਮੈਂਟ ਆਫ ਏਸ਼ੀਅਨ ਸਟੱਡੀਜ਼ ਜਿਨ੍ਹਾਂ ਨੇ ਕਮਰ ਕਸ ਕੇ ਇਹ ਮਤਲਬ ਤਿਆਰੀ ਕੱਸੀ ਲਈ ਸੀ ਕਿ ਅਸੀਂ ਇਸ ਮਤਲਬ ਜਿਹੜਾ ਪ੍ਰੋਗਰਾਮ ਹੈ ਇਸ ਭਾਸ਼ਾ ਨੂੰ ਅਸੀਂ ਇੱਥੇ ਵਧਾਉਣਾ ਹੈਗਾ ਆ ਉਹਦੇ ਵਿੱਚ ਕਈ ਖਾਸ ਮਤਲਬ ਜਿਹੜੇ ਆਪਣੇ ਲੈਕਚਰ ਕਈ ਖਾਸ ਪ੍ਰੋਫੈਸਰਾਂ ਦਾ ਹੱਥ ਹੈਗਾ ਆ ਜਿਨ੍ਹਾਂ ਦੇ ਵਿੱਚ ਡਾਕਟਰ ਡਾਕਟਰ ਸਾਧੂ ਬੇਨਿੰਗ ਜਿਨ੍ਹਾਂ ਨੇ ਇੱਕ ਤਹਨੇ ਦੇ ਹਕ ਕਾਫ ਬਹੁਤ तकरीबन ਡੇਢ ਦੇ ਹਕਾ ਉਹਨਾਂ ਨੇ ਉੱਥੇ ਪੰਜਾਬੀ ਪੜਾਈ ਤੇ ਹਾਲੇ ਵੀ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਹੀ ਉਹ ਬਹੁਤ ਹੀ ਪੰਜਾਬੀ ਦੇ ਲਈ ਯੋਗਦਾਨ ਪਾ ਰਹੇ ਹੈਗੇ ਆ ਤੇ ਇਸ ਦੇ ਵਿੱਚ ਜਿਹੜਾ ਸਿਲੇਬਸ ਦੀ ਗੱਲ ਕਰੀਏ ਕਿ ਕਿਤਾਬਾਂ ਜਿਹੜੀਆਂ ਪੜਾਈਆਂ ਜਾਂਦੀਆਂ ਨੇ ਜੋ ਸਿਖਾਇਆ ਜਾਂਦਾ ਏ ਉਹ ਕਿਸ ਆਧਾਰ ਤੇ ਉਸ ਨੂੰ ਚੁਣਿਆ ਜਾਂਦਾ ਤੇ ਕਿਹੋ ਜਿਹਾ ਹੈਗਾ ਉਹਦੇ ਲਈ ਜਿਹੜੀ ਆ ਫਿਲਹਾਲ ਅਸੀਂ ਕਿਤਾਬਾਂ ਵਰਤਦੇ ਤੇ ਕਾਫੀ ਸਮੇ ਤੋਂ ਅਸੀਂ ਵਰਤੇ ਆ ਰਹੇ ਹੈਗੇ ਆ ਉਹ ਡਾਕਟਰ ਸਾਧੂ ਬਿੰਗ ਹੋਣਾ ਦੀਆਂ ਕਿਤਾਬਾਂ ਆ ਬਹੁਤ ਵਧੀਆ ਕਿਤਾਬਾਂ ਹੈਗੀਆਂ ਤੇ ਸਿਰਫ ਸਿਰਫ ਯੂਬੀਸੀ ਦੇ ਵਿੱਚ ਯੂਨੀਵਰਸਿਟੀ ਬ੍ਰਿਟਿਸ਼ ਕੋਲੰਬੀਆ ਨਹੀਂ ਲੇਕਿਨ ਇਸ ਤੋਂ ਬਾਹਰਲੇ ਇਲਾਕਿਆਂ ਦੇ ਵਿੱਚ ਵੀ ਇਸ ਨੂੰ ਇਸ ਨੂੰ ਵਰਤਿਆ ਗਿਆ ਹੈਗਾ ਆ ਜਿਵੇਂ ਕਿ ਕੈਨੇਡਾ ਵਿੱਚ ਇਸ ਸਮੇਂ ਪੰਜਾਬੀ ਰੋਜ਼ਗਾਰ ਦੀ ਭਾਸ਼ਾ ਵੀ ਬਣਦੀ ਜਾ ਰਹੀ ਹੈ ਕਈ ਵਕੂ ਵਕ ਅਦਾਰੇ ਨੇ ਜੋ ਕਿ ਇਸ ਸਮੇਂ ਪਹਿਲ ਦੇ ਆਧਾਰ ਉਤੇ ਮੌਕੇ ਦਿੰਦੇ ਨੇ ਖਾਸ ਤੌਰ ਤੇ ਉਹਨਾਂ ਥਾਵਾਂ ਦੇ ਵਿੱਚ ਜਿੱਥੇ ਪੰਜਾਬੀ ਲੋਕਾਂ ਦੀ ਗਿਣਤੀ ਵੱਧ ਹੈ ਉਹਨਾਂ ਨੂੰ ਜਿਨ੍ਹਾਂ ਨੂੰ ਇੰਗਲਿਸ਼ ਦੇ ਨਾਲ ਨਾਲ ਪੰਜਾਬੀ ਵੀ ਆਉਂਦੀ ਹੋਵੇ ਤਾਂ ਜਿਹੜੇ ਇਸ ਕੋਰਸ ਨੂੰ ਪੂਰਾ ਕਰ ਲੈਂਦੇ ਨੇ ਉਸ ਤੋਂ ਬਾਅਦ ਕਿਹੋ ਜਿਹੇ ਮੌਕੇ ਕੁਝ ਇਸ ਤਰ੍ਹਾਂ ਦੇ ਉਹਨਾਂ ਨੂੰ ਅੱਗੇ ਮਿਲਦੇ ਨੇ ਤੁਸੀਂ ਹੁਣ ਦੇਖ ਹੀ ਲਓ ਕਿ ਪ੍ਰਨੀਤੀ ਪਿਛਲੇ ਸਾਲ ਮਤਲਬ ਜਦੋਂ ਸੈਂਸਸ ਆ ਜਿਹੜਾ ਕੀ ਹੈ ਜਦੋਂ ਆਂਕੜੇ ਡੇਟਾ ਬਾਹਰ ਆਇਆ ਉਸ ਤੋਂ ਪਤਾ ਚਲਦਾ ਹੈਗਾ ਕਿ ਕੇਸ ਰਫ਼ਤਾਰ ਦੇ ਨਾਲ ਪੰਜਾਬੀ ਪੂਰੇ ਕੈਨੇਡਾ ਦੇ ਸਾਰੇ ਮਤਲਬ ਜਿੱਦਾ ਇਲਾਕਿਆਂ ਦੇ ਵਿੱਚ ਵੱਧ ਰਹੀ ਆ ਖਾਸ ਤੌਰ ਦੇ ਉੱਤੇ 온ਟਾਰੀਓ ਤੇ ਬ੍ਰਿਟਿਸ਼ ਕੋਲੰਬੀਆ ਦੀ ਜਦੋਂ ਅਸੀਂ ਗੱਲ ਕਰੀਏ ਇਸ ਕਰਕੇ ਪੰਜਾਬੀ ਹੁਣ ਰੋਜ਼ਗਾਰ ਦੀ ਭਾਸ਼ਾ ਬਣ ਚੁੱਕੀ ਹੈਗੀ ਆ ਸੋ ਜਿਹੜੇ ਵਿਦਿਆਰਥੀ ਨੂੰ ਪੰਜਾਬੀ ਆਉਂਦੀ ਹੈਗੀ ਆ ਬੋਲਣੀ ਆਉਂਦੀ ਹੈ ਲਿਖਣੀ ਪੜਨੀ ਆਉਂਦੀ ਹੈ ਉਹਨਾਂ ਦਾ ਫੇਰ ਫਾਇਦਾ ਹੀ ਪੈਦਾ ਹੈਗਾ ਆ ਚਾਹੇ ਉਹ ਪ੍ਰਾਈਵੇਟ ਸੈਕਟਰ ਸੈਕਟਰ ਦੇ ਵਿੱਚ ਕੰਮ ਕਰਨਾ ਹੈ ਪਬਲਿਕ ਸੈਕਟਰ ਦੇ ਵਿੱਚ ਕੰਮ ਕਰਨਾ ਆਈਸੀਬੀਸੀ ਦੇ ਵਿੱਚ ਪੁਲਿਸ ਦੇ ਵਿੱਚ ਕੰਮ ਕਰਨਾ ਤੇ ਉਹਦਾ ਬੇਸ਼ੁਮਾਰ ਹੁਣ ਉਹਨਾਂ ਨੂੰ ਫਾਇਦਾ ਹੋ ਰਿਹਾ ਕਿਉਂਕਿ ਪੰਜਾਬੀ ਹੁਣ ਹਰ ਪੱਦਰ ਦੇ ਉੱਤੇ ਜਿੱਦਾਂ ਮੈਂ ਕਿਹਾ ਪੰਜਾਬੀ ਬੋਲੀ ਜਾਂਦੀ ਹੈਗੀ ਆ ਇਹ ਆਪਣਾ ਭਾਈਚਾਰਾ ਕਿੰਨੀ ਕੋ ਦਿਲਚਸਪੀ ਲੈਂਦਾ ਇਸ ਵਿੱਚ ਇਹਦੇ ਵਿੱਚ ਦਿਲਚਸਪੀ ਮੇਰੇ ਖਿਆਲ ਦੇ ਵਿੱਚ ਹਮੇਸ਼ਾ ਤੋਂ ਸੀ ਲੇਕਿਨ ਹੁਣ ਖਾਸ ਤੌਰ ਦੇ ਤੇ ਹੋਰ ਵਧ ਰਹੀ ਹੈ ਜਿਸ ਦੇ ਕਈ ਕਾਰਨ ਨੇ ਹੈ ਇੱਕ ਕਾਰਨ ਇਹ ਵੀ ਹੈ ਕਿ ਮੇਰੇ ਖਿਆਲ ਦੇ ਵਿੱਚ ਵਿਦਿਆਰਥੀ ਦੇਖ ਰਹੇ ਆ ਕਿ ਰੋਜ਼ਗਾਰ ਦੀ ਭਾਸ਼ਾ ਬਣ ਚੁੱਕੀ ਹੈ ਜੇ ਉਹਨਾਂ ਨੂੰ ਇਹ ਭਾਸ਼ਾ ਆਉਂਦੀ ਹੈ ਇਹ ਬੋਲੀ ਆਉਂਦੀ ਹੈ ਤਾਂ ਉਹਨਾਂ ਦਾ ਰੋਜ਼ਗਾਰ ਦੇ ਵਿੱਚ ਫਾਇਦਾ ਹੋ ਸਕਦਾ ਨਾਲੋ ਨਾਲ ਮੇਰੇ ਖਿਆਲ ਦੇ ਵਿੱਚ ਅੱਜ ਕੱਲ ਦੇ ਜਿਹੜੇ ਵੀ ਵਿਦਿਆਰਥੀ ਆ ਉਹਨਾਂ ਨੂੰ ਇਸ ਗੱਲ ਦਾ ਵੀ ਹੁਣ ਐਲਮ ਹੋ ਚੁੱਕਾ ਹੈ ਕਿ ਜੇ ਅਸੀਂ ਆਪਣੇ ਭਾਈਚਾਰੇ ਦੇ ਨਾਲ ਆਪਣੇ ਸੱਭਿਆਚਾਰ ਦੇ ਨਾਲ ਜੁੜਨਾ ਹੈ ਤੇ ਬਹੁਤ ਮਹੱਤਵਪੂ ਜਿਵੇਂ ਕਿ ਜਦੋਂ ਭਾਸ਼ਾ ਸਿਖਾਉਣ ਦੀ ਗੱਲ ਆਉਂਦੀ ਹੈ ਕਿ ਉੱਥੇ ਕੋਰਸ ਕਰਵਾਇਆ ਜਾ ਰਿਹਾ ਹੈ ਇਸ ਦੇ ਨਾਲ ਹੀ ਹੋਰ ਪੰਜਾਬੀ ਮਾਂ ਬੋਲੀ ਤੇ ਇਸ ਦੇ ਨਾਲ ਜੁੜੇ ਇਵੈਂਟਸ ਜੋ ਵਕਵਕ ਕਰਵਾਏ ਜਾਂਦੇ ਨੇ ਉਹ ਕਿਹੋ ਜਿਹੇ ਹੁੰਦੇ ਨੇ ਤੇ ਕਿਸ ਤਰ੍ਹਾਂ ਹੋਰ ਪਾਈਚਾਰਾ ਵਿੱਚ ਦੇ ਵਿੱਚ ਸ਼ਾਮੂਲਿਤ ਕਰ ਸਕਦਾ ਬਿਲਕੁਲ ਬਹੁਤ ਮਤਲਬ ਕਾਫੀ ਅਸੀਂ ਯੂਨੀਵਰਸਿਟੀ ਕੈਂਪਸ 'ਤੇ ਵੀ ਕਰਦੇ ਹੈਗੇ ਆ ਜਿੱਦਾਂ ਇਵੈਂਟ ਕਈ ਵਾਰੀ ਆਪਣੇ ਪੰਜਾਬ ਤੋਂ ਕਈ ਬਹੁਤ ਅੱਛੇ ਰਾਈਟਰ ਆਉਂਦੇ ਹੈਗੇ ਆ ਉਹਨਾਂ ਨੂੰ ਅਸੀਂ ਮਤਲਬ ਜਿੱਦਾਂ ਆਪਣੇ ਵਿਦਿਆਰਥੀਆਂ ਦੇ ਰੂਬਰੂ ਕਰਦੇ ਹੈਗੇ ਆ ਕਈ ਵਾਰੀ ਇੱਕ ਲੈਂਗੁਏਜ ਦਾ ਕੋਈ ਐਸੇ ਰਾਈਟਿੰਗ ਦਾ ਕੰਟੈਸਟ ਹੁੰਦਾ ਹੈ ਹਰ ਇੱਕ ਸਾਲ ਇੱਕ ਦੋ ਐਸੇ ਵੀ ਪ੍ਰੋਗਰਾਮ ਹੁੰਦੇ ਜਿੱਥੇ ਅਸੀਂ ਪੰਜਾਬੀ ਭਾਇਚਾਰੇ ਦੇ ਬਾਰੇ ਸੱਭਿਆਚਾਰ ਦੇ ਬਾਰੇ ਮਤਲਬ ਇੱਕ ਕੁਝ ਆਈਟਮਾਂ ਹੁੰਦੀਆਂ ਹੈਗੀਆਂ ਭਾਵੇਂ ਉਹ ਸ਼ਾਇਦ ਭੰਗੜੇ ਦੇ ਨਾਲ ਸਕਿਟਸ ਦੇ ਨਾਲ ਜਾਂ ਵੱਖਰੇ ਵੱਖਰੇ ਮਤਲਬ ਮਤਲਬ ਪੰਜਾਬੀ ਦੇ ਨਾਲ ਮਿਲਦੇ ਜੁਲਦੇ ਜਿੱਦਾਂ ਕੋਈ ਰਹਿੰਦੇ ਆ ਤੇ ਉਹ ਖੁੱਲਾ ਸਦਾ ਹੁੰਦਾ ਹੈ ਪੂਰੇ ਭਾਈਚਾਰੇ ਨੂੰ ਦਿਵੇ ਕਿ ਪੂਰੇ ਪਾਈਚਾਰੇ ਤੋਂ ਲਿਖਾਰੀਆਂ ਦੇ ਵੱਲੋਂ ਵੀ ਹਿੱਸਾ ਲਿਆ ਜਾ ਸਕਦਾ ਹੈ ਜੋ ਯੂਬੀਸੀ ਦੀ ਵੈਬਸਾਈਟ ਦੇ ਉੱਤੇ ਵੀ ਇਹ ਲਿਖਿਆ ਹੋਇਆ ਹੈ ਤਾਂ ਉਹ ਕਿਸ ਤਰ੍ਹਾਂ ਹੈ ਕਿ ਹਰ ਕੋਈ ਜੋ ਲਿਖਣਾ ਪਸੰਦ ਕਰਦਾ ਹੈ ਚ ਉਸ ਦੇ ਵਿੱਚ ਉਹਨਾਂ ਦਾ ਕੋਈ ਉਮਰ ਦਾ ਪੱਧਰ ਹੈ ਜਾਂ ਫਿਰ ਕੀ ਐਲੀਜੀਬਿਲਟੀ ਹੈ ਕਿ ਉਸ ਦੇ ਵਿੱਚੋਂ ਹਿੱਸਾ ਲੈ ਸਕਦੇ ਨੇ ਤੇ ਇਹੋ ਜੀਆਂ ਚੀਜ਼ਾਂ ਉਹ ਕਿੱਥੇ ਦੇਖ ਸਕਦੇ ਨੇ ਕਿੱਥੇ ਉਹਨਾਂ ਨੂੰ ਪਤਾ ਲੱਗੇ ਸਾਡੀ ਜਿਹੜੀ ਵੈਬਸਾਈਟ ਹੈ ਯੂਨੀਵਰਸਿਟੀ ਆਫ ਬ੍ਰਿਟਿਸ਼ ਕਲੰਬੀਆ ਦੀ ਏਸ਼ੀਅਨ ਸਟੱਡੀਜ਼ ਡਿਪਾਰਟਮੈਂਟ ਹੁਣ ਤਾਂ ਤੁਸੀਂ ਗੂਗਲ ਵੀ ਕਰ ਸਕਦੇ ਏਸ਼ੀਅਨ ਸਟੱਡੀਜ਼ ਡਿਪਾਰਟਮੈਂਟ ਜਿਹੜਾ ਯੂਬੀਸੀ ਦਾ ਤੇ ਮਤਲਬ ਜਿਦਾ ਕਿ ਇਸ ਤਰੀਕੇ ਦੇ ਉੱਤੇ ਇਸ ਪੱਧਰ ਦੇ ਉੱਤੇ ਪੰਜਾਬੀ ਯੂਬੀਸੀ ਦੇ ਵਿੱਚ ਪੜਾਈ ਜਾ ਰਹੀ ਹੈ ਤੇ ਨਾਲੋ ਨਾਲ ਜੇ ਕੋਈ ਹੈ ਸਾਡੇ ਨਾਲ ਸੰਪਰਕ ਕਰਨਾ ਚਾਹੁੰਦਾ ਸਾਡੇ ਪੰਜਾਬੀ ਪ੍ਰੋਗਰਾਮ ਦੇ ਨਾਲ ਤੇ ਉਸ ਡਿਪਾਰਟਮੈਂਟ ਦੇ ਰਾਹੀਂ ਵੀ ਕਰ ਸਕਦਾ ਹੈਗਾ ਸਾਡੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਸਾਡੇ ਭਾਈਚਾਰੇ ਦੇ ਵਿਅਕਤੀ ਸਾਡੇ ਨਾਲ ਜੁੜਨ ਤੇ ਦਿਲਚਸਪੀ ਰੱਖਣ ਕੇ ਅਸੀਂ ਪੰਜਾਬੀ ਦੇ ਨਾਲ ਵੀ ਜੁੜਨਾ ਹੈਗਾ ਆ ਤੇ ਭਵਿੱਖ ਦੇ ਵਿੱਚ ਕਿਹੋ ਜਿਹੇ ਟੀਚੇ ਨੇ ਕਿ ਇਸ ਵਿਭਾਗ ਨੂੰ ਲੈ ਕੇ ਤੇ ਅੱਗੇ ਹੋਰ ਕਿਵੇਂ ਇਸ ਨੂੰ ਹੋਰ ਵਿਧਾਏ ਜਾਣ ਦੇ ਬਾਰੇ ਚੀਜ਼ਾਂ ਮਿੱਥੀਆਂ ਜਾਂਦੀਆਂ ਮੇਜੀ ਜੇ ਦੇਖ ਕੰਬਰ ਲਿ ਪਿਛਲੇ 2-3 ਦਹਾਕਿਆਂ ਦੇ ਵਿੱਚ ਪੰਜਾਬੀ ਦਾ ਜਿਹੜਾ ਪ੍ਰੋਗਰਾਮ ਹੈ ਉਹ ਵੱਧਦਾ ਜਾ ਰਿਹਾ ਹੈ ਮੇਰੀ ਖੁਸ਼ਕਿਸਮਤੀ ਹੈ ਕਿ 2019 ਦੇ ਵਿੱਚ ਮੈਂ ਇਸ ਰੋਲ ਦੇ ਵਿੱਚ ਆਇਆ ਹਾਂ ਲੈਕਚਰ ਪੰਜਾਬੀ ਲੈਂਗੁਏਜ ਦਾ ਕਲਚਰ ਦਾ ਤਾਂ ਅਦੋਂ ਦਾ ਮਤਲਬ ਤਕਰੀਬਨ ਸਮਝ ਲਓ ਕਿ ਜਿਹੜੀ ਇਨਰੋਲਮੈਂਟ ਹੈ ਉਹ ਡਬਲ ਹੋ ਚੁੱਕੀ ਹੈਗੀ ਆ ਸੋ ਇਸ ਹਿਸਾਬ ਦੇ ਨਾਲ ਮਤਲਬ ਪੰਜਾਬੀ ਦੇ ਵਿਕਾਸ ਲਈ ਸਾਡੀਆਂ ਬਹੁਤ ਉਮੀਦਾਂ ਹੈਗੀਆਂ ਬਹੁਤ ਆਸਾਂ ਹੈ ਕਿ ਇਸੇ ਰਫ਼ਤਾਰ ਦੇ ਨਾਲ ਚੱਲੀ ਜਾਵੇ ਹੋਰ ਵਿਦਿਆਰਥੀ ਇਸ ਨੂੰ ਅਪਣਾਉਣ ਹੋਰ ਪੜਨ ਤੇ ਨਾਲ ਨਾਲ ਸਾਡਾ ਜਿਹੜਾ ਭਾਈਚਾਰਾ ਆ ਉਹਨਾਂ ਹੋਰ ਜੁੜੇ ਤੇ ਅਸੀਂ ਹੋਰ ਨਵੇਂ ਇਵੈਂਟ ਲੈ ਕੇ ਆਈਏ ਹੋਰ ਜਿਹੜੇ ਕਵੀ ਆ ਲੇਖਕ ਆ ਉਹਨਾਂ ਨੂੰ ਨਾਲ ਜੋੜੀਏ ਤੇ ਇਸ ਪੂਰੇ ਕੈਨੇਡਾ ਦੇ ਵਿੱਚ ਸਾਡੀ ਪੰਜਾਬੀ ਦੀ ਜਿਹੜੀ ਬੋਲੀ ਆ ਬਸ ਉਹਦਾ ਵਿਕਾਸ ਵਧੀਆ ਤੋਂ ਵਧੀਆ ਹੁੰਦਾ ਰਹੇ ਇਸ ਤਰ੍ਹਾਂ ਤੁਸੀਂ ਭਾਈਚਾਰੇ ਨੂੰ ਆਪਣੇ ਵੱਲੋਂ ਅੰਤ ਵਿੱਚ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕੁਝ ਮੇਰੇ ਤੋਂ ਪੁੱਛਣ ਤੋਂ ਰਹਿ ਗਿਆ ਹੋਵੇ ਬਸ ਇਹੀ ਮੈਂ ਹਮੇਸ਼ਾ ਹੀ ਕਹਿੰਨਾ ਜੀ ਅੱਜ ਵੀ ਕਮਾਂਗਾ ਕਿ ਮਾਪਿਆਂ ਨੂੰ ਹਮੇਸ਼ਾ ਇਸ ਅਸੀਂ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਦੇ ਨਾਲ ਜੋੜੋ ਮਾਂ ਬੋਲੀ ਦੇ ਨਾਲ ਜੋੜੋ ਤੇ ਮੇਰੇ ਫਾਦਰ ਸਾਹਿਬ ਹਮੇਸ਼ਾ ਮੈਨੂੰ ਕਹਿੰਦੇ ਆ ਕਿ ਮਾਂ ਬੋਲੀ ਨੂੰ ਭੁੱਲ ਜਾਓਗੇ ਤਾਂ ਕੱਖਾਂ ਵਾਂਗ ਰੋਲ ਜਾਓਗੇ ਮਾਂ ਬੋਲੀ ਸਾਡੇ ਲਈ ਬਹੁਤ ਮਹੱਤਵਪੂਰਨ ਹੈਗੀ ਆ ਇਹ ਸਾਡੀ ਬਸ ਇਹ ਸਾਡੀ ਚਾਬੀ ਆ ਸਾਡੇ ਸੱਭਿਆਚਾਰ ਦੀ ਸਾਡੀ ਸੰਸਕ੍ਰਿਤੀ ਸਾਡੇ ਭਾਈਚਾਰਾ ਇਹ ਸਾਰਾ ਕੁਝ ਜੁੜਿਆ ਆ ਇਸ ਕਰਕੇ ਵੱਧ ਤੋਂ ਵੱਧ ਤੁਸੀਂ ਕੋਸ਼ ਆਪਣੇ ਬੱਚਿਆਂ ਨੂੰ ਪੰਜਾਬੀਆਂ ਪੰਜਾਬੀ ਪੰਜਾਬੀਅਤ ਦੇ ਨਾਲ ਜੋੜੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਨਾਲ ਜਾਣਕਾਰੀ ਸਾਂਝੀ ਕਰਨ ਦੇ ਵਾਸਤੇ ਥੈਂਕ ਯੂ ਜੀ ਜੀ ਜਿਵੇਂ ਕਿ ਸਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਵੇਂ ਕਿ ਪੰਜਾਬੀ ਤੇ ਪੰਜਾਬੀਅਤ ਦੀ ਗੱਲ ਹੋਈ ਹੈ ਸਭਿਆਚਾਰ ਦੀ ਗੱਲ ਹੋਈ ਹੈ ਬਹੁਤ ਹੀ ਖੂਬਸੂਰਤ ਗੱਲ ਅੰਤ ਦੇ ਵਿੱਚ ਇਹਨਾਂ ਦੇ ਵੱਲੋਂ ਕਹੀ ਗਈ ਹੈ ਕਿ ਚਾਬੀ ਹੈ ਇਹ ਭਾਸ਼ਾ ਜੋ ਸਾਡੇ ਸੱਭਿਆਚਾਰ ਦੀ ਤੇ ਇਸ ਤੋਂ ਲੈ ਕੇ ਉਹ ਲੋਕ ਜਿਹੜੇ ਕਿ ਕਈ ਸਤਾਨਾਂ ਤੋਂ ਬਾਹਰਲੇ ਮੁਲਕਾਂ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੇ ਬੱਚੇ ਪੂਰੀ ਤਰ੍ਹਾਂ ਜੋ ਹੋਰ ਭਾਸ਼ਾਵਾਂ ਦੇ ਨਾਲ ਜੁੜ ਚੁੱਕੇ ਨੇ ਪੰਜਾਬੀ ਭਾਸ਼ਾ ਦੇ ਨਾਲ ਜੋੜਨ ਵਾਸਤੇ ਕਿਤੇ ਨਾ ਕਿਤੇ ਆਪਣੇ ਵੱਲੋਂ ਉਪਰਾਲਾ ਕੀਤਾ ਜਾ ਸਕਦਾ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ ਕਿ ਆਪਣੀ ਪੜ੍ਹਾਈ ਜਦੋਂ ਪੂਰੀ ਕਰ ਵੀ ਲੈਂਦੇ ਨੇ ਤਾਂ ਉਸ ਤੋਂ ਬਾਅਦ ਇੱਕ ਵਾਰ ਉਹ ਇਸ ਕੋਰਸ ਰਾਹੀਂ ਜ਼ਰੂਰ ਲੰਘ ਸਕਦੇ ਨੇ ਕਿ ਇਹ ਕੋਰਸ ਵੀ ਕਰ ਸਕਦੇ ਨੇ ਜਿਸ ਤੇ ਨਾਲ ਉਹਨਾਂ ਨੂੰ ਪੰਜਾਬੀ ਮਾਂ ਬੋਲੀ ਦੇ ਨਾਲ ਜੁੜਨ ਦਾ ਹੋਰ ਵਧੀਆ ਤਰੀਕੇ ਨਾਲ ਮੌਕਾ ਮਿਲੇਗਾ ਇਸ ਸਤਿਕਾਰ ਲਈ ਮੈਨੂੰ ਦੇ ਇਜਾਜ਼ਤ ਸੱਚ ਰਕਾਲ